ਸਾਡੇ ਸਮਾਜ ਵਿੱਚ ਬਹੁਤ ਸਾਰੇ ਲੋਕ ਅਜਿਹੇ ਰਹਿੰਦੇ ਨੇ ਜੋ ਲੋਕ ਭਲਾਈ ਦਾ ਕੰਮ ਕਰਦੇ ਨੇ, ਚਾਹੇ ਉਹ ਲੋਕ ਸੰਸਥਾ ਜ਼ਰੀਏ ਸੇਵਾ ਕਰਨ ਜਾਂ ਫਿਰ ਰਾਹ ਜਾਂਦੇ ਰਾਹਗੀਰਾਂ ਲਈ। ਗੁਰਦਾਸਪੁਰ ਦੇ ਬਟਾਲਾ 'ਚ ਰਹਿਣ ਵਾਲੇ ਬਿਕਰਮਜੀਤ ਸਿੰਘ ਰਾਹਗੀਰਾਂ ਲਈ ਇੱਕ ਅਨੋਖੀ ਕਿਸਮ ਦੀ ਸੇਵਾ ਕਰ ਰਹੇ ਨੇ। ਲੋਕ ਭਲਾਈ ਦੀ ਸੇਵਾ ਕਰਨ ਵਾਲੇ ਬਿਕਰਮਜੀਤ ਸਿੰਘ ਵਿਸਾਖੀ ਤੋਂ ਲੈ ਕੇ ਹੁਣ ਤੱਕ 2500 ਦੇ ਕਰੀਬ ਸਾਈਕਲਾਂ ਦੇ ਪਿੱਛੇ ਰੇਡੀਅਮ ਸਟਿੱਕਰ ਲਗਾ ਚੁੱਕੇ ਨੇ। ਬਿਕਰਮਜੀਤ ਸਿੰਘ ਦਾ ਕਹਿਣਾ ਕਿ ਰਾਤ ਦੇ ਸਮੇਂ ਸਾਈਕਲਾਂ ਤੇ ਸਵਾਰ ਕਈ ਵਾਰ ਕਾਰ ਜਾਂ ਫਿਰ ਹੋਰ ਕਿਸਮ ਦੇ ਵਾਹਨ ਚਾਲਕਾਂ ਨੂੰ ਸਾਈਕਲ ਨਜ਼ਰ ਨਹੀਂ ਆਉਂਦਾ, ਜਿਸ ਕਾਰਨ ਅਣਜਾਣੇ 'ਚ ਹੀ ਦੁਰਘਟਨਾ ਵਾਪਰ ਜਾਂਦੀ ਹੈ ਤੇ ਇਸ ਵਾਪਰਨ ਵਾਲੀ ਦੁਰਘਟਨਾ ਨੂੰ ਠੱਲ ਪਾਉਣ ਲਈ ਸਾਈਕਲਾਂ ਦੇ ਪਿੱਛੇ ਸਟਿੱਕਰ ਲਗਾ ਰਿਹਾ ਹਾਂ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 125,000 ਸੇ ਏਕ ਲੜਾਉਂ ਤਬੇ ਗੁਰੂ ਗੋਬਿੰਦ ਸਿੰਘ ਨਾਮ ਕਹਾਉਂ ਕਿਹਾ ਸੀ, ਪਰ ਮੈਂ 125,000 ਸਾਈਕਲਾਂ ਦੇ ਪਿੱਛੇ ਰੇਡੀਅਮ ਟੇਪ ਨਾਲ ਬਣੇ ਸਟਿੱਕਰਾਂ ਨੂੰ ਲਗਾਉਣ ਦਾ ਟੀਚਾ ਮਿਥਿਆ ਹੈ। ਦੱਸਦੀ ਹੈ ਕਿ ਰੇਡੀਅਮ ਰਾਤ ਦੇ ਸਮੇਂ ਬਹੁਤ ਚਮਕਦਾ ਹੈ, ਜਿਸ ਕਾਰਨ ਰੇਡੀਅਮ ਸਟਿੱਕਰਾਂ ਦੀ ਵਰਤੋਂ ਕੀਤੀ ਗਈ ਹੈ। ਹੁਣ ਤੱਕ ਜੀ ਮੈਂ ਜਿਹੜੇ ਨਾ 2500 ਦੇ ਕਰੀਬ ਲਾ ਚੁੱਕਾ ਵਾਂ ਤੇ ਇਹਦੇ ਵਿੱਚ ਮੇਰੇ ਕੋਲ 125,000 ਦਾ ਹੁਣ ਟਾਰਗੇਟ ਹੈਗਾ ਵਾ। 125,000 ਮੈਂ ਸੋਚਿਆ ਆ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ 125,000 ਸੇ ਏਕ ਲੜਾਉਂ ਤਬੇ ਗੋਬਿੰਦ ਸਿੰਘ ਨਾਮ ਕਹਾਉਂ। ਤੇ ਹੁਣ ਜੰਗਾਂ ਯੁੱਧਾਂ ਦਾ ਸਮਾਂ ਨਹੀਂ, ਮੈਂ 125,000 ਦੇ ਗੱਲ 'ਤੇ ਪੈਣਾ ਨਹੀਂ ਜਾਂ ਲੜਨਾ ਉਹਨਾਂ ਨਾਲ, ਤੇ ਕਿਉਂ ਨਾ 125,000 ਦਾ ਉੱਥੋਂ ਇਹ ਟਾਰਗੇਟ ਲੈ ਕੇ ਅਤੇ 125,000 ਮਤਲਬ ਮੈਂ ਸਟਿੱਕਰ ਲਗਾਵਾਂਗਾ, ਜਿਹਦੇ ਨਾਲ 125,000 ਲਾ ਕੇ ਅਗਰ ਇੱਕ ਬੰਦਾ ਵੀ ਇੱਕ ਦੀ ਵੀ ਜਾਨ ਬਚਦੀ, ਇੱਕ ਵੀ ਹਾਦਸਾ ਹੁਣ ਉਹ ਬਚਦਾ ਤਾਂ ਮੇਰੀ ਸੇਵਾ ਸਫਲ ਹੈ। ਕਿਸ ਤਰ੍ਹਾਂ ਕਿੱਥੇ ਕਿੱਥੇ ਲਾਉਂਦੇ? ਮੈਂ ਲਾਉਂਦਾ ਜੀ ਜਿਸ ਤਰ੍ਹਾਂ ਦਰਬਾਰ ਸਾਹਿਬ ਦਾ ਸਟੈਂਡ ਆ, ਇੱਥੇ ਅੱਚਲ ਸਾਹਿਬ ਸਟੈਂਡ ਆ, ਉੱਥੇ ਹਲੇ ਜਾਣਾ ਆ, ਆਪਣੇ ਬੱਸ ਸਟੈਂਡ ਦਾ ਸਟੈਂਡ ਆ, ਉੱਥੇ ਕਾਫੀ ਮਿਲ ਜਾਂਦੇ ਆ ਸਟੈਂਡ 'ਚ, ਅਤੇ ਫਿਰ ਆਪਣੇ ਕਿਤੇ ਵੀ ਮੈਂ ਜਾਂਦਾ ਜਾਂਦਾ ਤੁਰਿਆ ਜਾਂਦਾ, ਮੰਨ ਲਓ ਤਾਂ ਮੈਂ ਜਾਂਦਾ ਜਾਂਦਾ ਲਾਉਂਦਾ ਜਾਂਦਾ ਆਪਣੇ ਕਿਤੇ ਵੀ ਕੋਈ ਸਾਈਕਲ ਲੱਭੇ ਸੀ ਬਸ ਮੈਂ ਲਾ ਦੇ। ਬਿਕਰਮਜੀਤ ਸਿੰਘ ਦੁਆਰਾ ਕੀਤੇ ਗਏ ਇਸ ਅਨੋਖੇ ਉਪਰਾਲੇ ਸੰਬੰਧੀ ਸਾਈਕਲ ਸਵਾਰਾਂ ਦਾ ਕਹਿਣਾ ਕਿ ਸਾਈਕਲਾਂ ਤੇ ਕਿਸੇ ਕਿਸਮ ਦੀ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ, ਅਜਿਹੇ 'ਚ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਸਾਈਕਲਾਂ ਪਿੱਛੇ ਸਟਿੱਕਰ ਲਗਾਏ ਜਾ ਰਹੇ ਨੇ, ਜਿਸ ਨਾਲ ਕਾਫੀ ਹੱਦ ਤੱਕ ਬਚਾਅ ਹੋ ਸਕਦਾ ਹੈ। ਮੈਂ ਕਹਿਣਾ ਚਾਹਾਂਗਾ ਕਿ ਭਾਈ ਬਿਕਰਮਜੀਤ ਸਿੰਘ ਜੀ ਜੋ ਇਹਨਾਂ ਨੇ ਸਾਈਕਲਾਂ ਤੇ ਸਟਿੱਕਰ ਲਾਉਣ ਦਾ ਉਪਰਾਲਾ ਬਹੁਤ ਸੋਹਣਾ ਕੀਤਾ ਵਾ, ਇਸ ਦੇ ਨਾਲ ਇਹ ਪਤਾ ਲੱਗ ਸਕਦਾ ਹੈ ਕਿ ਰਾਹ 'ਚ ਕੋਈ ਵਹੀਕਲ ਜਾ ਰਿਹਾ ਵਾ, ਅਤੇ ਇਸ ਕਰਕੇ ਐਕਸੀਡੈਂਟ ਤੋਂ ਬਚਾਅ ਹੋ ਸਕਦਾ। ਇਹਨਾਂ ਨੇ ਕਿਸੇ ਦੀ ਜਾਨ ਦੀ ਕੀਮਤ ਸਮਝੀ ਹੈ, ਮੈਂ ਸਮਝਦਾ ਬਹੁਤ ਵੱਡਾ ਉਪਰਾਲਾ, ਬਹੁਤ ਵੱਡੀ ਸੋਚ ਇਹਨਾਂ ਦੀ, ਪਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀ ਕਲਾ ਬਚੇ। ਭਾਈ ਇਹ ਬਹੁਤ ਵਧੀਆ ਕਰਦੇ ਪਏ ਆ, 125,000 ਸਟਿੱਕਰ ਲੱਗਣਾ, ਬਹੁਤ ਵਧੀਆ ਕਰਦੇ ਪਏ। ਸਾਰੇ ਬੱਸ ਸਟੈਂਡਾਂ ਦੇ ਵਿੱਚ ਸਾਈਕਲ ਸਟੈਂਡ ਹੈਗੇ ਨੇ, ਉੱਥੇ ਵੀ ਲੱਗਣੇ ਚਾਹੀਦੇ ਆ। ਅਤੇ ਅਵਲ ਤਾਂ ਕਹਿੰਦੇ ਪਏ ਆ ਕਿ ਜਿਹੜੇ ਗੱਡੀਆਂ ਵਾਲਿਆਂ ਨੂੰ ਪਤਾ ਲੱਗ ਜਾਂਦਾ ਕਿ ਸਾਈਕਲ ਗੜੀ ਜਾਂਦਾ ਪਿਆ ਆ, ਤਾਂ ਉਹਨਾਂ ਦੇ ਚਮਕ ਆ ਜਿਹੜਾ ਸਟਿੱਕਰ ਲੱਗਾ ਲੈਣਾ 125,000, ਇਹ ਚਮਕਦਾ ਗੱਡੀ ਵਾਲਿਆਂ ਨੂੰ ਵੀ ਪਤਾ ਲੱਗ ਜਾਂਦਾ ਪਿਆ ਹਾਂਜੀ ਕੋਈ ਅੱਗੇ ਜਾਂਦਾ ਪਿਆ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਵਾ ਕਿ ਇਹ ਸਾਈਕਲ 'ਤੇ ਜਾਂਦਾ ਪਿਆ, ਐਕਸੀਡੈਂਟ ਤੋਂ ਬਚ ਜਾਂਦਾ ਬੰਦਾ, ਤਾਂ ਐਕਸੀਡੈਂਟ ਬਹੁਤ ਹੁੰਦੇ ਲੋਕਾਂ ਦੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਵਰ ਫੇਸਬੁੱਕ ਪੇਜ।